ਸਤਿ ਸ੍ਰੀ ਅਕਾਲ ਆ ਹੈ ਗਿਆ ਰੀਅਲ ਏਸਟੇਟ ਵੀਡੀਓ ਤੁਹਾਡਾ ਮੈਂ ਹੈਗਾ ਅਨਫੀਸ਼ਲ ਰੀਅਲ ਏਸਟੇਟ ਬਰੋਕਰ ਆਈ ਐਮ ਨਾਟ ਲਾਇਸنسਡ ਐਂਡ ਮਾਈ ਐਡਵਾਈਸ ਇਜ਼ ਪ੍ਰੀਟੀ ਯੂਸਲੈਸ ਪਰ ਅਸੀਂ ਤਾਂ ਵੀ ਟ੍ਰਾਂਟੋ ਰੀਅਲ ਏਸਟੇਟ ਮਾਰਕੀਟ ਕੈਨੇਡਾ ਹਾਊਸਿੰਗ ਮਾਰਕੀਟ ਵਿੱਚ ਕੀ ਹੋ ਰਿਹਾ ਆ ਆਈ ਵਿਲ ਗਿਵ ਯੂ ਅ ਕੁਇਕ ਅਪਡੇਟ ਔਨ ਥੈਟ ਮਤਲਬ 2-4 ਗੱਲਾਂ ਮੈਨੂੰ ਵੀ ਪਤਾ ਹੈ ਮੈਂ ਵੀ ਦੱਸ ਦਿੰਨਾ ਆਓ ਦੇਖੀਏ ਮੈਨੂੰ ਦੇਖੋ ਜੀ ਹੁਣ ਰੀਅਲ ਏਸਟੇਟ ਮਾਰਕੀਟ ਨੂੰ ਫੋਲੋ ਕਰਦੇ ਹੋਏ 2 ਸਾਲ ਹੋ ਗਏ ਹੈ ਕਿ ਕਦੋਂ ਸਾਡਾ ਮੌਕਾ ਲੱਗੇਗਾ ਕਿ ਸਸੀ ਵੀ ਕਰ ਲਈਏ ਬਟ ਕੁਝ ਕੋਵਿਡ ਦੇ ਕਰਕੇ ਤੇ ਗਵਰਨਮੈਂਟ ਨੇ ਜੋ ਲੋਕਾਂ ਨੂੰ ਪੈਸੇ ਦਿੱਤੇ ਆ ਵੰਡੇ ਆ ਉਹਦੇ ਨਾਲ ਘਰਾਂ ਦੇ ਪ੍ਰਾਈਸਿਸ ਇੰਨੇ ਸ਼ੂਟ ਅਪ ਕਰ ਗਏ ਆ ਕਿ ਹਾਲ ਹੋਏ ਪਏ ਨੇ ਬੈਂਗਣ ਸਭ ਤੋਂ ਪਹਿਲੀ ਚੀਜ਼ ਆਪਾਂ ਦੇਖਦੇ ਆ ਯੂਨਾਈਟਿਡ ਸਟੇਟਸ ਵਿੱਚ ਵੀ ਆਰ ਲੁਕਿੰਗ ਐਟ ਕਿ ਹਾਊਸ ਪ੍ਰਾਈਸਿਸ ਬੇਸਡ ਔਨ ਯੋਰ ਡਿਸਪੋਜ਼ੇਬਲ ਇਨਕਮ ਠੀਕ ਹੈ ਜੀ ਤੇ ਯੂ ਐਸ ਵਿੱਚ ਨਾਲ 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 ਚਲਦੇ ਪਏ ਨੇ ਯੂ نو ਕੀ ਜਿੱਦਾਂ ਹੁਣ ਮਾਂ ਪਿਓ ਆਪਣੇ ਛੋਟੇ ਜਿਹੇ ਜਵਾਕ ਦਾ ਹੱਥ ਫੜ ਕੇ ਨਾਲ-ਨਾਲ ਜਾ ਰਹੇ ਆ ਠੀਕ ਹੈ ਕੈਨੇਡਾ 'ਚ ਇਹ ਹਾਲ ਹੈਗਾ ਕਿ ਉਹ ਜੋ ਘਰ 'ਚ ਨਿਆਣੇ ਹੁੰਦੇ ਜੋ ਪੈਸੇ ਇੰਨੇ ਖਰਚਦੇ ਆ ਜਿਨ੍ਹਾਂ ਨੂੰ ਪੈਸੇ ਤੋਂ ਨਫ਼ਰਤ ਹੁੰਦੀ ਹੈ ਘਰ ਵਾਲਿਆਂ ਨੂੰ ਤਬਾਹ ਕਰ ਦਿੰਦੇ ਨੇ ਜੋ ਹਾਰਟ ਰੇਟ ਹੈ ਉਹ ਇਹ ਲਾਲ ਲਾਈਨ ਨਾਲ ਰਿਪਰੈਜ਼ੈਂਟਡ ਹੈਗਾ ਰਾਈਟ ਸਾਈਡ ਤੇ ਹੈ ਤੇ ਜੋ ਇਨਕਮ ਹੈਗੀ ਹੈ ਤੁਹਾਡੀ ਮਰੀ ਪਈਆ ਇੱਕ ਤਾਂ ਤੁਹਾਨੂੰ ਹਾਰਟ ਅਟੈਕ ਆਉਣ ਵਾਲਾ ਹੈ ਉਤੋਂ ਦੀ ਪਲਸ ਵੀ ਨਹੀਂ ਆ ਰਿਹਾ ਸੋ ਸਭ ਤੋਂ ਪਹਿਲਾ ਪੁਆਇੰਟ ਇਨਕਮ ਦੇ ਅਗੇਂਸਟ ਘਰਾਂ ਦੇ ਪ੍ਰਾਈਸਿਸ ਇੰਨੇ ਉੱਤੇ ਚਲੇ ਗਏ ਨੇ ਕਿ ਆ ਆ ਬੰਦਾ ਲੈ ਨਹੀਂ ਸਕਦਾ ਤੇ ਅਸੀਂ ਹੋਏ ਕੀ ਆ ਆ ਬੰਦੇ ਚਲੋ ਆਪਾਂ ਦੇਖਦੇ ਆਂ ਦੂਜੀ ਚੀਜ਼ ਜੋ ਨਿਊਜ਼ ਹੁਣ ਕੱਲ ਅਖਬਾਰ ਚਾਈ ਹੈ ਕੈਨੇਡਾ ਦਾ ਜੋ ਹਾਊਸਹੋਲਡ ਡੈਟ ਹੈ ਦੈਟ ਹੈਜ਼ ਸ਼ੌਟ ਬਾਸਟ ਕੈਨੇਡਾਜ਼ ਜੀਡੀਪੀ ਜੀਡੀਪੀ ਦਾ ਮਤਲਬ ਹੈ ਗਰੀਬਾਂ ਦੀ ਪੁਸ਼ਤਾ ਸਮਝ ਰਹੇ ਹੋ ਕਿ ਕਿ ਘਰ ਤੱਕ ਨਹੀਂ ਸਕਦੇ ਫਿਰ ਗਰੀਬਾਂ ਦੀ ਪੁਸ਼ਤਾ ਹੀ ਹੋਈਆਂ ਜਿਹਨੂੰ ਕਹਿੰਦੇ ਨੇ ਆਪਾਂ ਜਨਰੇਸ਼ਨਲ ਡੈਟ ਓਕੇ ਜੀ ਨੈਕਸਟ ਚੀਜ਼ ਦੇਖਦੇ ਆ ਲੋਕੀ ਕਹਿੰਦੇ ਨਹੀਂ ਜੀ ਬੜੀ ਸਪਲਾਈ ਡਿਮਾਂਡ ਬੜੀ ਹੈ ਇਮੀਗ੍ਰੇਸ਼ਨ ਬੜੀ ਹੈ ਘਰ ਬੜੇ ਛੇਤੀ ਛੇਤੀ ਵਿਕ ਰਹੇ ਨੇ ਮਤਲਬ ਬੜੇ ਆਫਰਜ਼ ਆ ਰਹੇ ਨੇ ਚਲੋ ਉਹ ਵੀ ਵੇਖ ਲੈਨੇ ਆਪਾਂ ਨੇ ਹਾਊਸ sigma ਖੋਲੇ ਹੋਇਆ ਇਹਦੇ ਉੱਤੇ ਆਪਾਂ ਦੇਖਦੇ ਆ ਜੋ ਘਰ ਲੱਗੇ ਹੋਏ ਆ ਫੋਰ ਸੇਲ ਆਪਾਂ ਸਿਲੈਕਟ ਕੀਤਾ ਹੋਇਆ ਆਲ ਪ੍ਰੋਪਰਟੀ ਟਾਈਪਸ ਠੀਕ ਹੈ ਜੀ ਤੇ ਆਪਾਂ ਕੀ ਕਰਾਂਗੇ ਸਿੰਪਲ ਆਪਾਂ ਦੇਖਾਂਗੇ ਦ ਹਾਊਸਸ ਦਰ ਹੈਵ ਬੀਨ ਔਨ ਦ ਮਾਰਕੀਟ ਫਾਰ ਦ ਲਾਸਟ 30 ਡੇਸ ਓਕੇ 30 ਦਿਨ ਹੋ ਗਏ ਘਰਾਂ ਨੂੰ ਲੱਗੇ ਹੋਏ ਚਲੋ ਆਪਾਂ ਇੱਕ ਕੰਮ ਕਰਦੇ ਹਾਂ ਜਿਹੜੇ ਘਰ ਮਾਰਕੀਟ ਤੇ 60 ਦਿਨ ਤੋਂ ਉੱਤੇ ਤੇ ਲੱਗੇ ਹੋਏ ਆ ਹਾਲੇ ਤੱਕ ਵੇਚੇ ਨਹੀਂ ਆ ਮਤਲਬ ਬੜੀ ਬਿਡਿੰਗ ਵਾਰਸ ਹੋ ਰਹੀਆਂ ਬੜੀ ਛੇਤੀ ਛੇਤੀ ਵੇਚ ਰਿਹਾ ਅੱਛਾ ਇਹਨੂੰ ਦੇਖੇ ਦੀ ਬਾਤ ਲੱਗ ਨਹੀਂ ਰਿਹਾ ਇਹ ਤਾਂ ਸਾਫ਼ ਨਜ਼ਰ ਆ ਰਿਹਾ ਕਿ ਇੰਨੀ ਸਾਰੀ ਲਿਸਟਿੰਗਾਂ ਲੱਗੀ ਹੋਈਆਂ ਜੋ ਮਾਰਕੀਟ ਤੇ 60 ਦਿਨ ਦੀ ਬੈਠੀ ਹੋਈਆਂ ਆਪਾਂ ਇੱਕ ਹੋਰ ਚੀਜ਼ ਦੇਖਦੇ ਹਾਂ ਮੋਰ ਦੈਨ 90 ਡੇਸ ਪੋਂਟੇਰੀਓ ਦੇ ਵਿੱਚ ਇਹ ਸਾਰੇ ਘਰ ਪਿਛਲੇ 90 ਦਿਨਾਂ ਤੋਂ ਤੇ ਬੈਠੇ ਹੋਏ ਆ ਵਿਕਦੇ ਨਹੀਂ ਪਏ ਇਹ ਸਾਰਾ ਜੋ ਰੋਲਾ ਪਾਇਆ ਹੋਇਆ ਇਨਵੈਂਟਰੀ ਨਹੀਂ ਹੈ ਘਰ ਨਹੀਂ ਅਵੇਲੇਬਲ ਹੈਗੇ ਤੇ ਇਹ 90 ਦਿਨਾਂ ਤੋਂ ਜੋ ਬੈਠੇ ਨੇ ਇਹਦਾ ਕੀ ਮਤਲਬ ਹੋਇਆ ਇਹ ਮੈਨੂੰ ਜਦ ਦੱਸੋਗੇ ਜਰਾ ਜਰਾ ਕਮੈਂਟਸ ਵਿੱਚ ਥੱਲੇ ਹੈ ਤੁਸੀਂ ਜੇ ਬੜੇ ਸਿਆਣੇ ਹੈਗੇ ਹੋ ਤੁਸੀਂ ਆਪ ਖੋਲ ਕੇ ਵੇਖੋ ਜੇ ਇੰਨੀ ਡਿਮਾਂਡ ਹੈਗੀ ਹੈ ਸਪਲਾਈ ਨਹੀਂ ਹੈਗੀ ਤੇ ਇਹ 90 ਦਿਨਾਂ ਦੇ ਇਹ ਕੀ ਬੈਠੇ ਕਰਦੇ ਪਏ ਨੇ ਝੱਕ ਮਾਰ ਰਹੇ ਨੇ ਖਿੰਡਰੀ ਪਈ ਹੈ ਵਿਕਦੀ ਨਹੀਂ ਪਈ ਮੋ ਹਿਲਦੀ ਨਹੀਂ ਪਈ ਕਿਉਂਕਿ ਘਰਾਂ ਦੇ ਰੇਟ ਇਹਨੇ ਉੱਤੇ ਨੇ ਦੇਖੋ ਜੀ ਲੋਕੀ ਮਾਰਕੀਟ ਵਿੱਚ ਉਲਟਾ ਸਿੱਧਾ ਬੋਲਣ ਵਾਲੇ ਬਥੇਰੇ ਨੇ ਬਟ ਅਸੀਂ ਦੇਖੋ ਡਾਟਾ ਦੇਖਦੇ ਆ ਅਸੀਂ ਫੈਕਟਸ ਦੇਖਾਂਗੇ ਉਹਦੇ ਅਗੇਂਸਟ ਅਸੀਂ ਜਜਮੈਂਟ ਲਾਵਾਂਗੇ ਤੁਸੀਂ ਘਰ ਲੈਣ ਤੋਂ ਪਹਿਲਾਂ ਚਾਰ ਵੈਬਸਾਈਟਸ ਜ਼ਰੂਰ ਖੋਲ ਕੇ ਵੇਖ ਲੈਣਾ ਆਪਣੇ ਆਪ ਆਪਣੀ ਅੱਖਾਂ ਨਾਲੋਂ ਕਿਉਂਕਿ ਇਹ ਮਾਰਕੀਟ ਦਾ ਪਟਾਕਾ ਵੱਜਣ ਵਾਲਾ ਹੈ ਪੱਕਾ